ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 27 ਸਤੰਬਰ ਦਾ ਜੋ ਧਰਨਾ ਸੰਯੁਕਤ ਮੋਰਚੇ ਵੱਲੋਂ ਜੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਉਸ ਦੇ ਸੰਬੰਧ ਵਿੱਚ ਸ਼ਾਹਪੁਰ ਅੱਡੇ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਬੜੇ ਹਮਮ ਆ ਕੇ ਪਹੁੰਚੀਆਂ ਤੇ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਰਹੀਆਂ ਨੇ। ਜੋ ਮੋਦੀ ਸਰਕਾਰ ਨੇ ਇਸ ਕਿਸਾਨਾਂ ਤੇ ਮਜ਼ਦੂਰਾਂ ਤੇ ਕਾਲੇ ਕਾਨੂੰਨ ਥੋਪੇ ਉਸ ਦਾ ਜ਼ਬਰਦਸਤ ਵਿਰੋਧ ਹੈ। ਘਰ ਘਰ ਦੇ ਵਿੱਚ ਇਹ ਮੰਗ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੇ ਜਨਤਾ ਸੁੱਖ ਦਾ ਸਾਹ ਲਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜੋ ਸਾਨੂੰ ਦਿੱਲੀਓਂ ਕਾਲ ਆਈ ਸੀ ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਵੱਲੋਂ ਕਿ ਆਪਾਂ ਅੱਜ 27 ਤਰੀਕ ਨੂੰ ਯਾਨੀ ਕਿ ਰੋਡ ਜਾਮ ਕਰਨੇ ਆ। ਜੋ ਮੋਦੀ ਦੀ ਭੈੜੀ ਸਰਕਾਰ, ਜੋ ਮੋਦੀ ਦੀ ਭੈੜੀ ਸੋਚ, ਜਿਹਨੇ ਕਿਸਾਨ ਮਜ਼ਦੂਰ ਕੋਈ ਵਰਗ ਨਹੀਂ ਛੱਡਿਆ, ਜਿਨ੍ਹਾਂ ਨੂੰ ਅੱਜ ਸੜਕਾਂ 'ਤੇ ਰੋਲ ਕੇ ਬਾਤਾ। ਅਸੀਂ ਆਪਦੇ ਹੱਕਾਂ ਵਾਸਤੇ ਜੋ ਅੱਜ ਪਿੰਡ ਸ਼ਾਹਬੁਕਰ ਦੇ ਅੱਡੇ 'ਤੇ ਨੇੜੇ ਦੇ ਇਲਾਕੇ ਦੀਆਂ ਸੰਗਤਾਂ ਨੇ ਧਰਨਾ ਦਿੱਤਾ ਹੋਇਆ, ਅਸੀਂ ਰੋਸ ਕਰ ਰਹੇ ਹਾਂ। ਅਤੇ ਇਹ ਵਾਰ ਪਰਮਾਤਮਾ ਅੱਗੇ ਅਰਦਾਸ ਕਰਨੇ ਕਿ ਮਹਾਰਾਜ ਇਸੋ ਅਹੰਕਾਰੀ ਰਾਜੇ ਨੂੰ ਛੇਤੀ ਚੱਲਦਾ ਕਰ, ਕੋਈ ਚੰਗੇ ਵਰਗ ਦਾ ਆ ਕੇ ਸਿੰਘ ਪ੍ਰਧਾਨ ਮੰਤਰੀ ਬਣੇ ਅਤੇ ਜੋ ਜਨਤਾ ਨੂੰ ਸੁੱਖ ਦਾ ਸਾਹ ਆਵੇ। ਇਸ ਕਰਕੇ ਸਾਡੀਆਂ ਇਲਾਕੇ ਦੀਆਂ ਸੰਗਤਾਂ ਨੇ ਇਹ ਕਿਸਾਨ ਮਜ਼ਦੂਰ ਸੰਘਰਸ਼ ਏਕਤਾ ਦੀ ਜੋ ਕੌਲ ਨੂੰ ਮਨਜ਼ੂਰ ਕਰਦਾ ਹੋਇਆ ਸ਼ਾਹਬੁਕਰ ਅੱਡੇ 'ਤੇ ਧਰਨਾ ਦਿੱਤਾ ਹੈ। ਅਤੇ ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ, ਜੋ ਕਾਲੇ ਕਾਨੂੰਨ ਨੇ ਅਸੀਂ ਦਿਹਾੜੀਆਂ ਕਰਨ ਜੋਗੇ ਵੀ ਨਹੀਂ ਹੈਗੇ। ਜਿਹੜੇ ਵੱਡੇ ਅਬਾਨੀਆਂ ਵਰਗੇ ਠੇਕੇਦਾਰ ਨੇ ਉਹਨਾਂ ਦੇ ਕੋਲੋਂ ਮਾਇਆ ਇਕੱਠੀ ਹੋਈ ਨਹੀਂ ਪਈ, ਉਹਨਾਂ ਤੋਂ ਲੈ ਕੇ ਮਾਇਆ ਇਕੱਠੀ ਕਰਕੇ ਇਹ ਸੰਗਤਾਂ 'ਚ ਵੰਡੇ। ਕਿ ਬਲਕਿ ਇਹ ਨਾ ਕਿ ਲੋਕਾਂ ਨੂੰ ਸੜਕਾਂ 'ਤੇ ਰੋਲ ਕੇ ਬਾਹਰ ਛੱਡਿਆ, ਇਹਨੇ ਬਹੁਤ ਭੈੜੇ ਕਾਨੂੰਨ ਬਣਾਏ ਨੇ। ਇਸ ਕਰਕੇ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਆ। ਜੋ 10 ਮਹੀਨੇ ਇਹ ਕਾਨੂੰਨ ਚੱਲ ਗਿਆ, ਸੰਗਤਾਂ ਦਾ ਧਰਨਾ ਚੱਲਦਾ ਪਿਆ, ਥੋੜ੍ਹਾ ਚਿਰ ਚੱਲੂਗਾ, ਇਸ ਨੂੰ ਪਾਸੇ ਹੋਣਾ ਹੀ ਪੈਣਾ। ਕਿਉਂ ਖਰੀਦਿਆ ਹੋਇਆ ਬੰਦਾ ਕੁਛ ਕਰ ਨਹੀਂ ਸਕਦਾ, ਇਹ ਜੋ ਅਬਾਨੀ ਕਹਿੰਦੇ ਨੇ ਉਹਨਾਂ ਦੇ ਇਸ਼ਾਰਿਆਂ 'ਤੇ ਉੱਡਦਾ ਹੈ, ਇਹਦੇ ਕੋਲ ਆਪਦੇ ਪੱਲੇ ਕੱਖ ਨਹੀਂ ਹੈਗਾ। ਤੁਸੀਂ ਵੇਖਿਆ ਕਿ ਕੱਲ੍ਹ ਅਮਰੀਕਾ ਗਿਆ, ਅਮਰੀਕਾ ਦੀ ਸੰਗਤ ਨੇ ਇਹਨਾਂ ਨੂੰ ਰਾਤ ਹੀ ਘੇਰ ਲਿਆ, ਰਾਤ ਨੂੰ ਲਾਂਹਤਾ ਪਈਆਂ ਉੱਥੋਂ। ਇਹ ਕਿਸ ਬੰਨੇ ਨੂੰ ਭੱਜੂਗਾ, ਇਹਨੂੰ ਦੁਨੀਆ ਦੇ ਕਿ ਵਰਲਡ ਦਿਆ ਕਿਸਾਨ ਮਜ਼ਦੂਰ ਜਿਹੜਾ ਹੈ ਉਹਨੂੰ ਘੇਰੀ ਬੈਠਾ ਹੈ। ਅਖੀਰ ਨੂੰ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ ਇਹਨੂੰ ਚੱਲਦਾ ਹੀ ਹੋਣਾ ਹੈ। ਇੱਥੇ ਕੋਈ ਚੰਗਾ ਜੀ ਆਵੇਗਾ ਉਹ ਜਾ ਕੇ ਜਨਤਾ ਦੀ ਸੇਵਾ ਕਰੇਗਾ। ਹੱਛੇ ਦਿਨ ਨਹੀਂ, ਇਹਨੇ ਮਾੜੇ ਦਿਨ ਲਿਆਂਦੇ ਦੁਨੀਆ 'ਤੇ, ਇਹਦਾ ਵੀ ਹੁਣ ਦਿਨ ਜਿਹੜੇ ਆ ਉਹ ਮਾੜੇ ਆਉਣ ਵਾਲੇ ਆ। ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਵੱਧ ਤੋਂ ਵੱਧ ਜਦੋਂ ਆਪਾਂ ਨੂੰ ਕੋਈ ਕਾਲ ਕਮੇਟੀ ਵੱਲੋਂ ਆਉਂਦੀ ਹੈ, ਆਪਾਂ ਕਿਸਾਨ ਆ, ਕਿਸਾਨ ਦੇ ਪੁੱਤ, ਆਪਾਂ ਕਿਸੇ ਪਾਰਟੀ ਕਿਸੇ ਜਥੇਬੰਦੀ ਨਾਲ ਸੰਬੰਧ ਨਹੀਂ ਹੈਗਾ ਆਪਣਾ, ਆਪਾਂ ਕਿਸਾਨ ਆ, ਆਪਣੇ ਹੱਕ ਵਾਸਤੇ ਲੜਦੇ ਆਪਾਂ। ਆਪਣਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਆਪਣੇ ਟਰੈਕਟਰ ਟਰਾਲੀਆਂ, ਜਿਵੇਂ ਸਾਡੀਆਂ ਮਤਾਵਾਂ ਵੀ ਆ ਪੈਣਾ ਤੋਂ ਪਿੰਡਾਂ ਤੋਂ ਅੱਜ ਸਾਡੇ ਨਾਲ ਹਿੱਸਾ ਲੈ ਰਹੀਆਂ ਨੇ, ਨਾ ਤੋਂ ਅੱਗੇ ਬੇਨਤੀ ਕਰ ਰਿਹਾ ਮਤਾਵਾਂ ਭੈਣਾਂ ਨੂੰ ਅਤੇ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਟਰੈਕਟਰ ਟਰਾਲੇ ਵਿਖਾ ਲੈ ਕੇ ਪੂਰਾ ਪਰ ਉਸ ਮਜ਼ਾਰਾ ਆਪਣੇ ਸ਼ਾਹਬੁਕਰ ਅੱਡੇ 'ਤੇ ਕਰਾਂਗੇ। ਸਾਨੂੰ ਕਿਤੇ ਹੱਥ ਭੱਜਣ ਦੀ ਲੋੜ ਨਹੀਂ, ਕਿਉਂਕਿ ਸਾਡੇ ਨਗਰ ਨੇ, ਰੋਸ ਕਰਨਾ ਆਪਾਂ, ਲੜਨਾ ਤਾਂ ਕਿਸੇ ਨਾਲ ਹੈ ਨਹੀਂ ਗਾ। ਸ਼ਾਂਤਮਈ ਸਾਡਾ ਧਰਨਾ, ਸ਼ਾਂਤਮਈ ਦਾਂਗਾ, ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਗਾ, ਸਾਡਾ ਇਸ ਭੈੜੇ ਕਾਨੂੰਨਾਂ ਦੇ ਨਾਲ ਵਿਰੋਧ ਹੈ, ਇਸ ਮਾੜੀ ਸਰਕਾਰ ਦੇ ਨਾਲ ਵਿਰੋਧ ਹੈ। ਵਾਹਿਗੁਰੂ ਜੀ ਕਾ ਖਾਲਸਾ।